ਹਾਂਜੀ ਸਵਾਗਤ ਹੈ ਦੋਸਤੋ ਜੀਤਾ ਸਟੱਫ ਫਾਰਮ YouTube ਚੈਨਲ ਤੇ ਜਿਹੜੇ ਵੀਰ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਬਹੁਤ ਸਵਾਗਤ ਹੈ ਅੱਜ ਦੋਸਤੋ ਅੱਜ ਆਪਾਂ ਜਾ ਰਹੇ ਹਾਂ ਆਪਣੇ ਆਲੇ ਚੈਂਪੀਅਨ ਜੈ ਰਾਜ ਤੋਂ ਕੁੜੀ ਗੱਬਣਾ ਅੱਜ ਆਪਾਂ ਉਧਰਲੇ ਪਿੰਡ ਵਿੱਚ ਆਏ ਸੀ ਤਾਂ ਸੋਚਿਆ ਚਲੋ ਜਾਨਵਰ ਦੇਖ ਲਈਏ ਤੇ ਨਾਲੇ ਬਲੌਗ ਬਣਾ ਦਿੰਨੇ ਆ ਨਾ ਦੋ ਤਿੰਨ ਜਾਨਵਰ ਹੋਰ ਵੀ ਖੜੇ ਸਾਰੇ ਦਿਖਾਉਣਾ ਤੁਹਾਨੂੰ ਦੇਖੋ ਇਹ ਬੱਚੇ ਕਿੰਨੇ ਚੰਗੇ ਆ ਇਹ ਬੱਚੀ ਆਪਣੇ ਰਾਜ ਰੂਪ ਦੀ ਹੈ ਜੀ ਜੋ ਇੰਸਪਾਇਰ ਹੋ ਗਿਆ ਸੀ ਬੱਚੀ ਬਹੁਤ ਚੰਗੀ ਆ ਤੇ ਆ ਭਾਈ ਹੁਣਾਂ ਨੇ ਪਰਚੇ ਜੀ ਕੀਤੀ ਆਪਣੀ ਰਿਸ਼ਤੇਦਾਰੀ ਇੱਥੇ ਨਾਨਕੇ ਹੀ ਆਪਣੇ ਤੇ ਤੇਜਪਾਲ ਮਾਮੇ ਦਾ ਮੁੰਡੇ ਦਾ ਨਾਮ ਤੇਜਪਾਲ ਹੈ ਜੀ ਆਪਣੇ ਉਹਨਾਂ ਨੇ ਇਹ ਮੌਲੀ ਲਈ ਸੀ ਬੱਚੀ ਥੋੜੀ ਬੱਚੀ ਉਹਦੀ ਲੱਸੀ ਬਹੁਤ ਜ਼ਿਆਦਾ ਸੀ ਹੁਣ ਤਾਂ ਚਲ ਵਧੀਆ ਤਿਆਰ ਤੇ ਆਹ ਕੁੜੀ ਸਿਰਫ ਮੱਥੇ ਬਲੇਜ ਦੀ ਬਹੁਤ ਚੰਗੀ ਹਾਈਟ ਦੀ ਬਾਹਰ 3 ਇੰਚ ਹਾਈਟ ਦੀ ਆ ਤੇ ਦੋ ਪੈਰ ਚਿੱਟੇ ਆ ਤੇ ਇਹ ਜੈ ਰਾਜ ਤੋਂ ਜੋ ਚੈਂਪੀਅਨ ਆਪਣਾ ਦੇਵਰਾਜ ਰਾਣੀ ਦਾ ਬੱਚਾ ਚਾਰ ਦੰਦ ਹਾਈਟ 66 ਇੰਚ ਤੇ ਉਹ ਤਾਂ ਪ੍ਰੈਗਨੈਂਟ ਕਨਫਰਮ ਹੋਈ ਹੋਈ ਹੈ ਚੈੱਕ ਪਾਸ ਹੋਈ ਹੋਈ ਹੈ ਜੀ ਤੇ ਆ ਦੇਖੋ ਰਾਜਰੂਪ ਵਾਲੀ ਬੱਚੀ ਦੇ ਖੰਨ ਕੰਡੀਸ਼ਨ ਕਿੰਨੇ ਚੰਗੇ ਆ ਬਹੁਤ ਸੋਹਣੇ ਖੰਨਾਂ ਦੀ ਆ ਬੱਚੀ ਤੇ ਬਲੇਜ ਬਲੂ ਜੀ ਬਹੁਤ ਸੋਹਣਾ ਸੋਹਣੇ ਪਟੇ ਤੇ ਤੁਨ ਤੁਨ ਸੋਹਣੀ ਆ ਤੇ ਦੋ ਪੈਰ ਚਿੱਟੇ ਬੱਚੀ ਦੇ ਇੱਕ ਸਾਈਡ ਵਾਲੇ ਦੋਨੇ ਪੈਰ ਚਿੱਟੇ ਆ ਤੇ ਥੋੜੀ ਬੱਚੀ ਹੁਣ ਡੀ ਬਾਰਮਿੰਗ ਕਰਨ ਨਾਲ ਇੱਕ ਮਾਂ ਨਾਲ ਦੁੱਧੋਂ ਟੁੱਟੀ ਆ ਤੇ ਢਿੱਡਲ ਜੀ ਹੋਈ ਹੋਈ ਆ ਹੋ ਜੂ ਸੈਟ ਹਜੇ ਫਿਲਹਾਲ ਤਾਂ ਉਹ ਸਾਹ ਵੀ ਰਿਹਾ ਬੀਚ ਨੇ ਇੱਕ ਆ ਤੇਲੀਆ ਕੁਬੈਤ ਕੁੜੀ ਬਹੁਤ ਸੋਹਣੀ ਆ ਬੰਤਰਾਂ ਬਹੁਤ ਸੋਹਣੀਆਂ ਬਰੀਕੀ ਜੇ ਦੋ ਪੈਰੀ ਇਹਦੇ ਚਿੱਟੇ ਆ ਤੇ ਤਾਂ ਤੁਹਾਨੂੰ ਬਹੁਤ ਪਤਲੀ ਮਣੀਆ ਮੂਣੀਆ ਬਹੁਤ ਪਤਲਾ ਹਜੇ ਪੱਠਿਆਂ ਤੇ ਤੇ ਬੰਨੀ ਹੋਈ ਐਹ ਲਈ ਉਹ ਦੇਖੇ ਹੀ ਨਹੀਂ ਦੇ ਰਹੇ ਜਾਨਵਰ ਹੈ ਨਾ ਸਾਰੀ ਕਿਸ ਦਿਨ ਆਪਾਂ ਬਾਹਰ ਬਾਨੇ ਇੱਕ ਪ੍ਰੋਫੈਸ਼ਨਲ ਵੀਡੀਓ ਬਣਾਵਾਂਗੇ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੇ ਜਾਨਵਰ ਤਾਂ ਜੋ ਭਾਈ ਦਾ ਵੀ ਹੌਸਲਾ ਵਧੇ ਮਿਲਦੇ ਆ ਜਲਦੀ ਨਵੀਂ ਵੀਡੀਓ